ਜੀ ਮੇਰੇ ਨਾਲ 3 ਮਹੀਨੇ ਤੋਂ 3 ਮਹੀਨੇ 16 ਤਰੀਕ ਨੂੰ ਮੈਂ ਆਪਣੇ ਘਰੋਂ ਆ ਰਹੀ ਸੀ। ਇਹਨਾਂ ਨੇ ਮੇਰੀ ਐਟਵਾ ਰੋਕੀ, ਮੇਰਾ ਰਸਤਾ ਰੋਕਿਆ। ਫਿਰ ਮੇਰੇ ਨਾਲ ਇਹਨਾਂ ਨੇ 2 ਭੈਣ ਭਰਾਵਾਂ ਨੇ ਕੁੱਟਮਾਰ ਕੀਤੀ। ਮੇਰੇ ਜਾਤੀ ਸੂਤ ਸ਼ਬਦ ਬਹੁਤ ਬੋਲੇ ਇਹਨਾਂ ਨੇ, ਸੀਮਾ ਸੂਤ, ਮਨੀਸ਼ ਕੁਮਾਰ, ਅਤੇ ਇਹਨਾਂ ਨੇ ਮੇਰੀ ਕੁੱਟਮਾਰ ਕੀਤੀ। ਮੈਂ ਫਿਰ ਇਹਨਾਂ ਨੂੰ ਥਾਣੇ ਦਰਖਾਸਤ ਵੀ ਦਿੱਤੀ। ਥਾਣੇ ਵਾਲਿਆਂ ਨੇ ਚਲੋ ਮੇਰਾ ਪਰਚਾ ਦਰਜ ਕੀਤਾ। ਇਹਦਾ ਸੀਮਾ ਦਾ ਨਾਂ ਪਰਚੇ 'ਚ ਨਹੀਂ ਪਿਆ, ਇਹਦੇ ਭਰਾ ਇਕੱਲੇ ਦਾ ਪਿਆ ਵਾ। ਮੈਨੂੰ ਕੋਈ ਇਨਸਾਫ ਨਹੀਂ ਮਿਲਿਆ। ਫਿਰ ਇਹਨਾਂ ਨੇ ਹੁਣ ਮੇਰੀ 455 ਜਿਹੜੀ ਆ ਮੇਰੇ 'ਤੇ ਝੂਠਾ ਪਰਚਾ ਦੇ ਕੇ ਉਹ ਵੀ ਤੜਵਾਈ ਆ, ਅਤੇ ਮੈਂ DC ਦਫ਼ਤਰ ਹੁਣ ਇਨਸਾਫ ਲੈਣ ਵਾਸਤੇ ਆਈ ਹਾਂ। ਵੀਰੇ ਮੈਂ ਆਪਣੇ ਘਰੋਂ ਆ ਰਹੀ ਸੀ, ਇਹਨੇ ਮੈਨੂੰ ਐਟਵਾ ਨਹੀਂ ਲਾਉਣ ਦਿੰਦੀ, ਮੇਰਾ ਰਸਤਾ ਰੋਕਦੀ ਸੀ, ਮੇਰੇ ਨਾਲ ਧੱਕੇਸ਼ਾਹੀ ਕੀਤੀ ਇਹਨੇ ਆਪਣੀ ਦੁਕਾਨ ਤੋਂ ਉੱਠ ਕੇ। ਮੈਨੂੰ ਕੋਈ ਪਿਆਰ ਨਾਲ ਨਹੀਂ ਇਹਨੇ ਕਿਹਾ ਕਿ ਤੂੰ ਦੂਜੀ ਸਾਈਡ ਲਾ ਲਾ ਜਾਂ ਇੱਧਰ ਲਾ ਲਾ। ਇਹਨੇ ਆਉਂਦੀ ਮੇਰੇ ਨਾਲ ਧੱਕਾਸ਼ਾਹੀ ਕੀਤਾ। ਤੁਹਾਡਾ ਕਾਹਦਾ ਕੰਮ ਉੱਥੇ? ਮੇਰਾ ਪਾਰਲਰ ਦਾ, ਉਹਨਾਂ ਦਾ ਵੀ ਪਾਰਲਰ ਦਾ ਹੀ ਆ। ਠੀਕ ਹੈ ਜੀ। ਫਿਰ ਹੁਣ ਉਸ ਤੋਂ ਬਾਅਦ 3 ਮਹੀਨੇ ਤੋਂ ਇਹਨੇ ਸਾਡੇ 'ਤੇ CC ਕੈਮਰਾ ਲਾਇਆ ਵਾ, ਸਾਡਾ ਆਉਣ ਜਾਣ ਦਾ ਪਤਾ ਕਰਦੀ ਹੈ, ਕਿੱਥੇ ਜਾਂਦੇ ਆ ਕਿੱਥੇ ਆਉਂਦੇ ਆ। ਜਿਹੜੀ ਕੁੱਟਮਾਰੀ ਉਹਦੀ ਕੋਈ ਵੀਡੀਓ ਬਣੀ ਸੀ? ਹਾਂਜੀ, ਉਹਦੀਆਂ ਸਾਰੀਆਂ ਵੀਡੀਓ ਬਣੀਆਂ ਵਾ, ਪੈਨ ਡਰਾਈਵ ਅਸੀਂ ਥਾਣੇ ਵੀ ਦਿੱਤੀ ਸੀ, ਸਾਰਾ ਕੁਝ ਕੈਮਰਿਆਂ 'ਚੋਂ ਹੀ ਵੀਡੀਓ ਬਣਾਈਆਂ ਸੀ, ਸਾਨੂੰ ਮਿਲੀਆਂ ਵੀਡੀਓ। ਉਹ ਫਿਰ ਪੁਲਿਸ ਨੇ ਕੀ ਕੀਤਾ ਸੀ? ਪੁਲਿਸ ਨੇ ਸਾਰੇ ਇਹੀ ਕੀਤਾ ਸੀ, ਉਹਦੇ ਭਰਾ 'ਤੇ ਪਰਚਾ ਕੀਤਾ, ਨਾ ਉਹਦੇ ਭਰਾ ਨੂੰ ਅਰੈਸਟ ਪਾਈ ਸੀ ਨਾ ਕੁਝ ਸੀ। ਉਹਨਾਂ ਤੋਂ ਪੈਸਾ ਬਹੁਤ ਆ, ਅਸੀਂ ਗਰੀਬ ਪਰਿਵਾਰ ਹਾਂ, ਉਹਨਾਂ ਦਾ ਪੈਸਾ ਚੱਲਿਆ ਵਾ, ਸਾਡੀ ਕੋਈ ਸੁਣੀ ਨਹੀਂ ਗਈ। ਅਸੀਂ ਇਹੀ ਕੰਮ ਮੰਗ ਕਰਦੇ ਹਾਂ ਕਿ ਜਿਹੜਾ ਮੇਰੇ 'ਤੇ ਪਰਚਾ ਕੀਤਾ ਹੈ ਉਹ ਰੱਦ ਕੀਤਾ ਜਾਵੇ, ਸੀਮਾ 'ਤੇ ਪਰਚਾ ਹੋਵੇ ਉਹਦੇ ਭਰਾ ਨੂੰ ਸਜ਼ਾ ਮਿਲੇ। ਇਸ ਸੰਬੰਧੀ ਕੋਈ ਅਦਾਲਤ ਕੇਸ ਹੀ ਪਾਇਆ ਸੀ? ਹਾਂਜੀ। ਅੱਛਾ। ਕੋਰਟ 'ਚ ਅਸੀਂ ਕੇਸ ਵੀ ਲਾਇਆ ਵਾ, ਜੱਜ ਸਾਹਿਬ ਨੇ ਕੱਲ੍ਹ ਸਾਡੀਆਂ ਵੀਡੀਓ ਵੀ ਵੇਖੀਆਂ ਵਾ। ਠੀਕ ਹੈ ਜੀ। ਅਸੀਂ ਕੋਰਟ 'ਚ ਵੀ ਕੇਸ ਲਾਇਆ ਵਾ, ਲੜ ਰਹੇ ਸੀ ਆਪਣਾ ਕੇਸ, ਪਰ ਪੁਲਿਸ ਨੇ ਸਾਡੀ ਕੋਈ ਮਦਦ ਨਹੀਂ ਕੀਤੀ। ਮੇਰੀ ਸ਼ਰਬਜੀਤ ਕੌਰ ਮੇਰੀ ਪਤਨੀ ਆ, ਯਾਨੀ ਕਿ 3 ਮਹੀਨੇ 16 ਤਰੀਕ ਨੂੰ ਝਗੜਾ ਆਇਆ ਸੀ ਅਤੇ ਇਹ ਦੁਕਾਨ 'ਤੇ ਆ ਰਹੇ ਤੇ ਐਕਟਿਵਾ ਰੋਕ ਕੇ ਰਸਤਾ ਰੋਕ ਕੇ ਦੋਵੇਂ ਜਨਾਨੀ ਨਾਲ ਝਗੜਾ ਆਇਆ। ਉਸ ਤੋਂ ਬਾਅਦ ਉਹਦਾ ਭਰਾ ਆਇਆ, ਇਹਨਾਂ ਦੋਵਾਂ ਨੇ ਰਲ ਕੇ ਮੇਰੀ ਘਰਵਾਲੀ ਨੂੰ ਸ਼ਰੇਆਮ ਬਾਜ਼ਾਰ ਦੇ ਵਿੱਚ ਕੁੱਟਿਆ ਗਿਆ ਅਤੇ ਉਹਦੀ ਮੇਰੇ ਕੋਲ ਵੀਡੀਓ ਵੀ ਹੈਗੀ ਆ, ਸਾਰੇ ਫੋਟੇਜ ਹੈਗੀ ਮੈਂ ਤੁਸੀਂ TV ਕੈਮਰੇ ਦੀ। ਅਤੇ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਵੀ ਪੈਸੇ ਦੇ ਜ਼ੋਰ ਦੇ ਉੱਤੇ ਉਹ ਪਰਚਾ ਇਹਨਾਂ ਨੇ ਉਹਦੇ ਵਿੱਚੋਂ 452 ਤੁੜਾ ਕੇ ਉਹ ਮੁੰਡੇ ਦੀ ਅਤੇ ਕੁੜੀ ਦਾ ਨਾਂ ਵਿੱਚ ਪਾਇਆ ਨਹੀਂ ਗਿਆ ਅਤੇ ਇਹ ਧੱਕੇਸ਼ਾਹੀ ਬਹੁਤ ਜਾਰੀ ਕਰ ਰਿਹਾ ਸਾਡੇ ਨਾਲ। ਉਹਦਾ ਵਿੱਚ ਨਾਂ ਨੀ ਲਿਖਿਆ ਗਿਆ, ਉਲਟਾ ਕ੍ਰੋਸ ਪਰਚਾ ਜਿਹੜਾ ਮੇਰੀ ਘਰਵਾਲੀ ਤੇ ਕੀਤਾ ਗਿਆ। ਪੈਸਿਆਂ ਦਾ ਚੱਕਰ ਦੇ ਵਿੱਚ ਦਬਾਅ ਬਣਾਇਆ ਜਾ ਰਿਹਾ ਸਾਡੇ ਤੇ, ਸਾਡੇ ਤੇ ਹੁਣ ਵੀ ਦਬਾਅ ਬਣਾਇਆ ਜਾ ਰਿਹਾ, ਵੱਧ ਤੋਂ ਵੱਧ ਵੀ ਤੁਸੀਂ ਸਾਡਾ ਕੀ ਵਿਗਾੜ ਲਿਆ। ਰੰਜਿਸ਼ ਸਾਡੀ ਬਸ ਇਹੀ ਆ ਵੀ ਦੁਕਾਨ ਤੇ ਆਉਂਦੇ ਆ ਤੇ ਦਬਾਅ ਬਣਾ ਕੇ ਰੱਖਦੇ ਵੀ ਇੱਥੋਂ ਇਹ ਚੱਲ ਜਾਣ, ਵੀ ਅਸੀਂ ਆਪਣੀ ਰੋਟੀ ਰੋਜੀ ਖਾਈਏ। ਉਹ ਤਕੜੇ ਬੰਦੇ ਆ, ਉਹਨਾਂ ਦੀ ਦੁਕਾਨ ਆਪਣੀ ਆ, ਸਾਡੀ ਰੈਂਟ ਤੇ ਦੁਕਾਨ ਆ। BC ਹੋਣ ਦੇ ਨਾਤੇ ਸਾਡੇ ਤੇ ਗਰੀਬ ਪਰਿਵਾਰ ਕਰਕੇ ਸਾਡੇ ਤੇ ਦਬਾਅ ਬਣਾਇਆ ਜਾ ਰਿਹਾ ਵਾ ਪੈਸਿਆਂ ਦੇ ਜ਼ੋਰ ਤੇ। ਅੱਜ ਅਸੀਂ SSP ਦਫ਼ਤਰ ਪਹੁੰਚੇ ਹਾਂ ਤੇ ਇੱਕ ਅਸੀਂ ਦਰਖਾਸਤ ਲਿਖੀ ਆ ਜਿਹੜੀ SSP ਸਾਹਿਬ ਨੂੰ ਦੇਣ ਲੱਗੇ ਹਾਂ ਵੀ ਜਿਹੜਾ ਸਾਡਾ ਨਜਾਇਜ਼ ਮੇਰੀ ਘਰਵਾਲੀ ਤੇ ਪਰਚਾ ਕੀਤਾ ਗਿਆ ਇਹਨੂੰ ਰੱਦ ਕੀਤਾ ਜਾਵੇ ਤੇ ਜਿਹੜੇ ਉਹ ਮੁੰਡੇ ਦੀ 452 ਟੁੱਟੀ ਆ ਉਹ ਲਾਈ ਜਾਵੇ, ਕਿਉਂਕਿ ਸਾਡੇ ਕੋਲ ਸਾਰੇ ਸਬੂਤ ਹੈਗੇ ਆ, ਤੇ ਜਿਹੜੀ ਉਹਦੀ ਭੈਣ ਆ ਉਹਨੂੰ ਪਰਚੇ ਦੇ ਵਿੱਚ ਲਿਆ ਜਾਵੇ, ਉੱਤੇ ਪਰਚਾ ਕੱਟਿਆ ਜਾਵੇ।